ਖਰੋਟਾ ਨੇੜੇ ਆਖਿਰਕਾਰ ਜ਼ਮੀਨ ਦੋਸ ਪੁਲ ਬਣ ਹੀ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ 25 ਵਰੇ ਪੁਰਾਣੀ ਮੁਸੀਬਤ ਤੋਂ ਰਾਹਤ ਮਿਲੀ। ਦਰਅਸਲ ਪਰਤਗੜ ਨੇੜੇ ਖਰੋਟਾ ਤੋਂ ਲੰਘਦੀ ਰੇਲਵੇ ਲਾਈਨ ਦੀ ਸੁਰੱਖਿਆ ਪ੍ਰਤੀ ਭਾਖੜਾ ਨਹਿਰ ਦੀ ਪਟੜੀ ਦੇ ਗੇਟ ਨੰਬਰ 51C ਨੂੰ ਉਤਰੀ ਰੇਲਵੇ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਅਧਿਕਾਰੀਆਂ ਨੇ ਕਰੀਬ 25 ਵਰੇ ਪਹਿਲਾਂ ਪੱਕੇ ਤੌਰ ਤੇ ਬੰਦ ਕਰ ਦਿੱਤਾ ਸੀ। ਨਤੀਜੇ ਵਜੋਂ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਧਾਰ ਥਰਮਲ ਪਲਾਂਟ ਕਨੌਲੀ ਨੂੰ ਆਉਣ ਜਾਣ ਵਾਲੇ ਇਲਾਕੇ ਦੇ ਪਿੰਡਾਂ ਦੇ ਕੰਮ ਏ ਥੋੜਾ ਸਫ਼ਰ ਦੀ ਬਜਾਏ ਕੌਮੀ ਮਾਰਗ ਦਾ ਅਣਚਾਹਿਆ ਲੰਬਾ ਰਸਤਾ ਤੈਅ ਕਰਨ ਦੇ ਲਈ ਮਜਬੂਰ ਸਨ। ਉੱਥੇ ਨੇੜਲੇ ਪਿੰਡਾਂ ਦੇ ਕਿਸਾਨ ਆਪਣੀ ਫਸਲ ਨੂੰ ਭਰਤਗੜ੍ਹ ਦੀ ਮੰਡੀ ਵਿੱਚ ਵੇਚਣ ਦੀ ਬਜਾਏ ਕਨੌਲੀ ਦੀ ਮੰਡੀ ਵਿੱਚ ਵੇਚਣ, ਖਰੋਟਾ ਦੇ ਵਸਨੀਕਾਂ ਨੂੰ ਜ਼ਰੂਰੀ ਵਸਤਾਂ ਖਰੀਦਣ ਤੇ ਦਵਾਈ ਆਦਿ ਲੈਣ ਦੇ ਲਈ ਭਰਤਗੜ੍ਹ ਦੇ ਵਿੱਚ 2 ਕਿਲੋਮੀਟਰ ਸਫ਼ਰ ਕਰਨ ਦੀ ਬਜਾਏ ਕਨੌਲੀ 8 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। रोजाना जीत वालों उक्त समस्या नूं प्रमुखता दे नाल प्रकाशित कीता गया, संबंधित महकमयां नूं जगाया गया जिस तों बाद काम पूरा हो सकिया। मैंबर जिला परिषद नरिंदरपुरी ने जमीन दोस पुल दी उसारी मुकम्मल होण ते खुशी जाहर कीती। सरपंच प्रेम सिंह, फोरमैन अजीत सिंह, सरपंच सुखदेव सिंह राणा ने कहा कि इस समस्या तों छुटकारा दवाउण दे लई राज सरकार दे शुक्रगुजार हन। अकाली आगू जथेदार जरनैल सिंह सहोता ने इस पुल की उसारी के लिए दोवें साबका मैंबर लोक सभा, साबका मंत्री, साबका विधायक, दोवें महकमिया के नाल नाल पंजाब विधानसभा के माणयोग स्पीकर राणा कंवरपाल सिंह की शलाघा की। ਸਾਡੀ ਖਰੋਟੇ ਵਾਲੇ ਫਟਕ ਦੀ ਜੋ ਕਿ ਪਿਛਲੇ 25 ਸਾਲਾਂ ਤੋਂ ਬੰਦ ਪਿਆ, ਜਿਹਦੇ ਨਾਲ ਸਾਡੇ 7-8 ਪਿੰਡਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਦਾ ਸੋਈ। ਪਿਛਲੇ ਸਮੇਂ ਦੇ ਵਿੱਚ ਅਜੀਤ ਅਖਬਾਰ ਵੱਲੋਂ ਉਠਾਈਆਂ ਗਈਆਂ ਖਬਰਾਂ ਦੇ ਨਾਲ ਉਹਦੇ ਜਵਾਬ ਦੇ ਵਿੱਚ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ, ਲੇਕਿਨ ਅੱਜ ਜੋ ਅੱਜ ਦੀ ਸਮੇਂ ਦੀ ਮੌਜੂਦਾ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਰਾਣਾ ਕੇ ਪੀ ਸਿੰਘ ਜੀ ਸਪੀਕਰ ਵਿਧਾਨ ਸਭਾ ਪੰਜਾਬ ਦੇ ਯਤਨਾਂ ਸਦਕਾ ਅੱਜ ਜਿਹੜੀ ਅੰਡਰਵੇ ਹੈ ਬਣ ਕੇ ਤਿਆਰ ਹੋ ਚੁੱਕਿਆ ਅਤੇ ਲੋਕਾਂ ਨੂੰ ਆਉਣ ਜਾਣ ਵਾਸਤੇ ਇਹਦੇ 'ਚ ਬਹੁਤ ਜ਼ਿਆਦਾ ਸਹੂਲਤ ਹੋ ਗਈ ਹੈ, ਜਿਹਦੇ ਨਾਲ ਕਿ ਖਰੋਟੇ ਦੇ ਇਲਾਕੇ ਦੇ ਨਾਲ ਦੇ ਪਿੰਡਾਂ ਨੂੰ 14-15 ਕਿਲੋਮੀਟਰ ਜਿਹੜਾ ਕਿ ਜਾਣ ਕੀਰਤਪੁਰ ਸਾਹਿਬ ਜਾਣ ਵਾਸਤੇ ਪਿੰਡਾਂ ਤੈਅ ਕਰਨਾ ਪੈਂਦਾ ਸੀ, ਅੱਜ ਉਹ ਸਿਰਫ ਸਿੱਧਾ ਜਾ ਕੇ ਖਰੋਟੇ ਤੋਂ ਬੜਾ ਪਿੰਡ ਸਿੱਧੇ ਨਿਕਲ ਜਾਂਦੇ ਆ, ਜਿਹਦੇ ਨਾਲ ਕਿ ਲੋਕ ਅੱਜ ਇਸ ਸਰਕਾਰ ਦੇ ਰਾਣਾ ਜੀ ਦੇ ਇਹਨਾਂ ਕੰਮਾਂ ਦੀ ਸ਼ਲਾਘਾ ਕਰਦੇ ਆ ਅਤੇ ਬਹੁਤ ਜ਼ਿਆਦਾ ਰਾਣਾ ਜੀ ਨੂੰ ਵਧਾਈ ਦਿੰਦੇ ਹਾਂ। ਸਾਰੇ ਹੀ ਪਿੰਡਾਂ ਦੇ ਜਿੰਨੇ ਵੀ ਸਰਪੰਚ ਪੰਚ ਇੱਥੇ ਹੈ ਜਿਨ੍ਹਾਂ ਨੂੰ ਇਸ ਅੰਡਰਵੇ ਦਾ ਫਾਇਦਾ ਹੋਇਆ, ਸਾਰਿਆਂ ਨੇ ਰਾਣਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਏ। ਮੈਂ ਫੋਰਮੈਨ ਅਜੀਤ ਸਿੰਘ ਖਰੋਟਾ ਬੋਲ ਰਿਹਾ ਹਾਂ। ਇਹ ਜਿਹੜਾ ਅੰਡਰ ਬ੍ਰਿਜ ਹੈ ਬਾਈਪਾਸ ਦਾ ਜਿਹੜਾ ਹੈਗਾ, ਬਹੁਤ ਦੇਰ ਤੋਂ ਤਕਰੀਬਨ 20-25 ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਸੀ ਸਾਰੇ ਪਿੰਡਾਂ ਦੇ ਸਹਿਯੋਗ ਦੇ ਨਾਲ। ਇਹ ਸਾਡਾ ਜਿਹੜਾ ਕੰਮ ਹੈ ਆਪਣਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਾਡੇ ਵਿਧਾਨ ਸਭਾ ਸਪੀਕਰ ਕੇ ਪੀ ਰਾਣਾ ਜੀ ਦੇ ਸਦਕਾ ਇਹਨਾਂ ਨੇ ਸਾਡੀ ਜਿਹੜੀ ਸੁਣੀ ਹੈ ਅਤੇ ਸਾਡਾ ਇਹਨਾਂ ਪਿੰਡਾਂ ਦਾ ਜਿੱਦਾਂ ਥਰਮਲ ਪਲਾਂਟ ਹੋ ਗਿਆ, ਬੁੰਗਾ ਸਾਹਿਬ ਹੋ ਗਿਆ, ਨੂਰਪੁਰ ਦਾ ਇਲਾਕਾ, ਅਨੰਦਪੁਰ ਸਾਹਿਬ ਦਾ ਇਲਾਕਾ, ਤਕਰੀਬਨ ਬਹੁਤ ਇਲਾਕੇ ਨੂੰ ਇਸ ਅੰਡਰਵੇ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ। ਸੋ ਅਸੀਂ ਇਹ ਬ੍ਰਿਜ ਬਣਨ 'ਤੇ ਰਾਣਾ ਜੀ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ। ਨੂਰਪੁਰ ਦਾ ਏਰੀਆ, ਬੁੰਗਾ ਸਾਹਿਬ ਦਾ ਏਰੀਆ, ਸਾਰੇ ਜਿੰਨੇ ਥਰਮਲ 'ਚ ਆਉਂਦੇ ਮੁਲਾਜ਼ਮ ਬਹੁਤ ਤੰਗ ਹੁੰਦੇ ਅਤੇ ਮੋਟਰਸਾਈਕਲ 'ਤੇ ਗਿਰ ਗਿਰ ਕੇ ਲੰਘਦੇ ਤੇ ਜੀ ਇੱਥੇ ਕਈ ਤਾਂ ਰੋਪੜ ਦੇ ਨਾਲ ਲੱਗਦਾ ਥਰਮਲ ਪਲਾਂਟ ਹੈ, ਉੱਥੇ ਬਹੁਤ ਨੂਰਪੁਰ ਦਾ ਸਾਰੇ ਏਰੀਆ ਨੰਗਲ ਤੱਕ ਲੋਕ ਆਉਂਦੇ ਜੀ ਇੱਥੇ ਗਿਰ ਗਿਰ ਕੇ ਲੰਘਦੇ ਤੇ ਫਾਟਕ 'ਤੇ। ਨੈਣਾ ਦੇਵੀ ਦਾ ਮੇਲਾ ਹੁੰਦਾ, ਹੋਲਾ ਮਹੱਲਾ ਆਉਂਦਾ, ਬਹੁਤ ਸੰਗਤਾਂ ਆਉਂਦੀਆਂ ਤੀਆਂ, ਨਾਨਕ ਸਿੰਘ ਲੰਘਦੇ ਤੇ ਚੜ੍ਹਦਾ ਅਤੇ ਆ ਬੰਦ ਕਿਹਦਾ ਖੁਲਾਇਆ ਰਸਤਾ, ਸਾਰੇ ਲੋਕਾਂ ਨੂੰ ਬਹੁਤ ਬਹੁਤ ਫਾਇਦਾ। ਅਸੀਂ ਬਹੁਤ ਬਹੁਤ ਧੰਨਵਾਦੀ ਰਾਣਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਪੰਚ ਸੁਖਦੀਪ ਸਿੰਘ, ਗ੍ਰਾਮ ਪੰਚਾਇਤ ਭਰਤਗੜ੍ਹ ਤੋਂ। ਅੱਜ ਇਹ ਜਿਹੜਾ ਅੰਡਰ ਬ੍ਰਿਜ ਖਰੋਟੇ ਦਾ ਬਣਿਆ ਹੈ ਜੀ, ਇਹਦਾ ਅਸੀਂ ਜਿਹੜਾ ਕ੍ਰੈਡਿਟ ਹੈ ਸਾਡੀ ਕੈਪਟਨ ਸਰਕਾਰ ਨੂੰ, ਸਾਡੇ ਰਾਣਾ ਜੀ ਨੂੰ ਜਾਂਦਾ ਹੈ ਜੀ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਇਲਾਕੇ ਨੂੰ ਬਹੁਤ ਮਾਰਤੀ ਜੀ, ਘਨੌਲੀ ਵੱਲ ਤੋਂ ਘੁੰਮ ਕੇ ਆਉਣਾ ਪੈਂਦਾ ਤਾ ਜੀ, ਆਰਥਿਕ ਪੱਖ 'ਤੇ ਵੀ ਹੁਣ ਇਹ ਸਾਨੂੰ ਬਹੁਤ ਫਾਇਦਾ ਹੋ ਗਿਆ, ਭਰਤਗੜ੍ਹ ਨੂੰ ਆਵਾਜਾਈ ਦੇ ਹੋਰ ਚੱਲ ਪਈ ਜੀ, ਹੋਰ ਵੀ ਜਿਹੜੇ ਯਾਤਰੂ ਆਉਂਦੇ ਆ ਰੋਪੜ ਦੇ ਬੰਦੇ ਆਉਂਦੇ ਆ ਆਨੰਦਪੁਰ ਤੋਂ ਆਉਂਦੇ ਆ ਜੀ, ਸਾਰਿਆਂ ਨੂੰ ਬਹੁਤ ਇਹਦਾ ਫਾਇਦਾ ਹੋਇਆ। ਅਸੀਂ ਇਸਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਾਣਾ ਜੀ ਦਾ ਜੀ ਅਤੇ ਕੈਪਟਨ ਸਰਕਾਰ ਦਾ, ਧੰਨਵਾਦ। ਖਰੋਟੇ ਵਾਲੇ ਫਾਟਕ ਦਾ ਬਹੁਤ ਲੋਕਾਂ ਨੂੰ, ਇਲਾਕੇ ਦੇ ਲੋਕਾਂ ਨੂੰ ਬਹੁਤ ਬੜਾ ਲਾਭ ਮਿਲਿਆ। ਜਿਹੜੇ ਤੱਪੜ ਜ਼ਮੀਨ ਰਾਏ ਖੰਨੇ ਦੀ ਐਪ ਵਿੱਚ ਉਹਨਾਂ ਨੇ ਇਹ ਬਹੁਤ ਬਹਾਈ ਕੀਤੀ ਅਤੇ ਬਹੁਤ ਸੈਂਟਰ ਦੇ ਵਿੱਚ ਗੂੰਜਿਆ ਹੈ ਮਸਲਾ। ਉਹਦੇ ਬਾਅਦ ਮਦਨ ਮੋਹਨ ਮਿੱਤਲ ਜੀ ਕੈਬਨਿਟ ਮੰਤਰੀ ਪੰਜਾਬ ਆਨੰਦਪੁਰ ਸਾਹਿਬ ਤੋਂ, ਫਿਰ ਉਹਨਾਂ ਨਾਲ ਜੀ ਉਹਦੀ ਬਹੁਤ ਬੀਜ ਬਜਾਈ ਕੀਤੀ, ਉਹਨਾਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਨੂੰ ਇਸ ਕੰਮ ਨੂੰ ਸਿਰੇ ਚੜ੍ਹਾਉਣ। ਉਹਦੇ ਬਾਅਦ ਚੰਦੂ ਮਾਜਰਾ ਜੀ ਆਏ, ਉਹਨਾਂ ਨਾਲ ਬੀਜ ਕਰਕੇ ਤਿਆਰ ਕਰਤੀ ਫਸਲ, ਫਾਟਕ ਦਾ ਮਸਲਾ ਹੱਲ ਕਰਕੇ। ਅਤੇ ਜਿਹੜਾ ਬਾਅਦ 'ਚ ਆਏ ਕੇ ਪੀ ਰਾਣਾ ਜੀ, ਉਹਨਾਂ ਨਾਲ ਇਹ ਫਸਲ ਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕਰਕੇ ਵੱਢ ਲਿਆ। ਮੈਂ ਸਾਰੇ ਰਾਜਨੀਤਿਕ
एमपीआं दा एमएलएआं दा मंत्रियों का सारे का बहुत बहुत धन्यवाद कर रहा जिन्होंने इस मसले को हल किया कि इलाके के लोगों को सहूलत प्राप्त हुई नहीं तो इतने बहुत लोगों को परेशानी का सामना करना पड़ा। अजीत दे लई भरतगढ़ तो जसबीर सिंह बावा की रिपोर्ट। वधेरे खबरों के लिए तुसी बने रहो अजीत वैब टीवी दे नाल। देश दुनिया ते कोरोना महामारी का असर, इस जरूरी है कि तुहानू मिले सही जानकारी अते पता होवे सच्ची खबर। अजीत वैब टीवी दे सैकड़े पत्रकारां दी है हर पल हर जगह ते हर स्थिति ते पैनी नजर। पिंड कस्बा शहर होवे या देश विदेश, असी जुड़े हां तुहाडे नाल अखबारां ते सोशल मीडिया राही। कलम दी ताकत ते वैब टीवी दे माध्यम दे नाल हर जन तक पहुंचावांगे हर मन दी आवाज। हर आमो खास ते हकूमत नूं भी करांगे सवाल जवाब। आप नहीं तां पहुंचेगी साडी वीडियो कॉल। अफवाहां तों बचो अते सच्चियां ते सही खबरां दे लई जुड़े रहो अजीत वैब टीवी दे नाल।